ਸਬਸਕ੍ਰਾਈਬ ਕਰੋ ਖਤਰਾਂ LSI ਕੇ YouTube ਚੈਨਲ ਨੂੰ ਤੇ ਬੈਲ ਦਾ ਆਇਕਨ ਜ਼ਰੂਰ ਦਬੋ। ਹਾਂਜੀ, ਸਵਾਗਤ ਹੈ ਤੁਹਾਡਾ ਖਤਰਾਂ LSI ਕੇ YouTube ਚੈਨਲ ਤੇ। ਅੱਜ ਅਸੀਂ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਕਿ ਜਿਨ੍ਹਾਂ ਦੇ ਖਾਤਿਆਂ 'ਚ PM ਕਿਸਾਨ ਨਿਧੀ ਯੋਜਨਾ ਵਾਲਾ 2000 ਨਹੀਂ ਆਇਆ ਉਹ ਕੀ ਕਰਨ। ਨੰਬਰ 2, ਕੀ ਹੁਣ ਆਪਾਂ ਦੁਬਾਰਾ ਫਾਰਮ ਭਰ ਸਕਦੇ ਹਾਂ ਜਿਹਦੇ ਨਹੀਂ ਆਏ। ਨੰਬਰ 3, ਕਿ ਜਿਨ੍ਹਾਂ ਨੇ ਨਹੀਂ ਭਰੇ, ਮੰਨ ਲਓ ਰਹਿ ਗਏ ਕਿਸੇ ਕਾਰਨ, ਉਹ ਹੁਣ ਭਰ ਸਕਦੇ ਆ? ਲਾਸਟ ਡੇਟ ਕਿੰਨੀ ਹੈ, ਕਿੰਨੀ ਵੱਧ ਗਈ? ਇਹ 3 ਸਵਾਲਾਂ ਦੇ ਅਸੀਂ ਜਵਾਬ ਦੇਵਾਂਗੇ ਇਸ ਵੀਡੀਓ ਦੇ ਵਿੱਚ। ਪਹਿਲੀ ਗੱਲ ਤਾਂ ਜੀ, ਜਿਨ੍ਹਾਂ ਦੇ ਖਾਤੇ 2000 ਨਹੀਂ ਆਇਆ ਉਹ ਆਊਗਾ, ਲਗਭਗ ਸਾਰਿਆਂ ਦੀ ਆਊਗਾ। ਅਤੇ ਬਹੁਤ ਸਾਰੇ ਜਿਵੇਂ ਕਿ ਦੇਖਿਆ ਕਈ ਬੈਂਕਾਂ 'ਚ ਆ ਚੁੱਕੇ ਆ, ਕਈ ਬੈਂਕਾਂ ਦੇ ਪੈਸੇ ਨਹੀਂ ਆ ਰਹੇ। ਜਿਵੇਂ ਕਿਸੇ ਦਾ ਇੱਕ ਬੈਂਕ 'ਚ ਹੀ ਖਾਤਾ ਹੈਗਾ, ਕਈ ਜਣਿਆਂ ਦੇ ਅਸੀਂ ਦੇਖਿਆ ਇੱਥੇ ਕਿ ਜਿਵੇਂ ਪੰਜਾਬ ਨੈਸ਼ਨਲ ਬੈਂਕ ਦੇ ਇੱਥੇ 5-7 ਜਣਿਆਂ ਦੇ ਆਏ ਆ, ਅਤੇ SBI ਦੇ ਆਏ ਨੀਗੇ, ਕਿਸੇ ਦੇ ਵੀ ਨਹੀਂ ਆਏ ਆਏ SBI ਦੇ। ਤਾਂ ਉਹ ਜ਼ਰੂਰ ਆਉਣਗੇ, ਬੈਂਕਾਂ ਦਾ ਕੋਈ ਇਸ਼ੂ ਹੈਗਾ ਟ੍ਰਾਂਸੈਕਸ਼ਨ ਦਾ, ਉਹ ਜ਼ਰੂਰ ਸੋਲਵ ਹੋਊਗਾ। ਹਾਲੇ ਆ ਰਹੇ ਨੇ ਪੈਸੇ, ਲਗਭਗ ਸਾਰਿਆਂ ਦੀ ਆਉਣਗੇ, ਵੋਟਾਂ ਦਾ ਕੰਮ ਹੈ। ਜੇ ਬਿਨਾਂ ਵੋਟਾਂ ਤੋਂ ਹੁੰਦਾ ਤਾਂ ਹੋ ਸਕਦਾ ਸੀ ਨਾ ਆਉਣ, ਅਤੇ ਇਹ ਜ਼ਰੂਰ ਆਉਣਗੇ। ਅਤੇ ਪਹਿਲੀ ਕਿਸ਼ਤ 2000 ਵਾਲੀ ਆਉਣਗੇ। ਅਤੇ ਜਿਨ੍ਹਾਂ ਨੇ ਹੁਣ ਜਿਵੇਂ ਆਪਾਂ ਕਹਿ ਸਕਦੇ ਕਿ ਦੁਬਾਰਾ ਤੋਂ ਫਾਰਮ ਭਰ ਨਹੀਂ ਸਕਦੇ, ਕਿਉਂਕਿ ਪਹਿਲਾਂ ਵਾਲੀ ਆਉਣਗੇ, ਹਜੇ ਪਹਿਲਾਂ ਨਾ ਤਾਂ ਕੋਈ ਰਿਐਕਸ਼ਨ ਆਈ ਹੈ ਨਾ ਕੁਛ ਹੋਰ, ਲਗਭਗ ਸਾਰਿਆਂ ਦੇ ਉਹ ਕਹਿ ਰਹੇ ਆ ਕਿ ਪੈਸੇ ਆਉਣਗੇ, ਜਿਨ੍ਹਾਂ ਦੇ ਨਹੀਂ ਆਏ ਉਹਨਾਂ ਦੇ ਵੀ ਆਉਣਗੇ, ਅਤੇ ਜਿਹਦੇ ਆ ਗਏ ਉਹਨਾਂ ਦੇ ਤਾਂ ਆਈਗੇ। ਅਤੇ ਕੀ ਲਾਸਟ ਡੇਟ, ਲਾਸਟ ਡੇਟ ਬਾਰੇ ਅਸੀਂ ਤੁਹਾਨੂੰ ਇਸ ਵੀਡੀਓ 'ਚ ਦੱਸ ਰਹੇ ਹਾਂ ਕਿ ਲਾਸਟ ਡੇਟ ਹੁਣ ਕੋਈ ਲਾਸਟ ਡੇਟ ਨਹੀਂ ਦੀ। ਜਿਹੜਾ ਬੰਦਾ ਇਸ ਚੀਜ਼ 'ਚ, ਉਹ ਆ ਬੰਦਾ ਖੁਦ, ਉਹਦੇ ਘਰ ਵਾਲੀ, ਉਹਦੇ ਨਾਬਾਲਗ ਬੱਚੇ ਭਾਵ ਉਹਦੇ ਜਵਾਕ ਜੋ 18 ਸਾਲ ਤੋਂ ਘੱਟ ਨੇ, ਜੇ ਕੋਈ 18 ਸਾਲ ਤੋਂ ਉੱਤੇ ਉਹ ਅਲੱਗ ਗਿਣਿਆ ਜਾਊ, ਉਹ ਨਹੀਂ ਗਿਣਿਆ ਜਾਊਗਾ। ਬੰਦਾ ਖੁਦ, ਉਹਦੇ ਘਰ ਵਾਲੀ, ਉਹਦੇ 18 ਸਾਲ ਤੋਂ ਘੱਟ ਜਵਾਕ, ਇਹ ਤਿੰਨਾਂ ਦੇ ਨਾਂ, 5 ਕਿੱਲਿਆਂ ਤੋਂ ਘੱਟ ਜੇ ਜ਼ਮੀਨ ਹੈ ਤਾਂ ਉਹ ਬੰਦਾ ਇਸ ਚੀਜ਼ ਵਾਸਤੇ ਐਲੀਜੀਬਲ ਹੈ ਅਤੇ ਉਹ ਫਾਰਮ ਭਰ ਸਕਦਾ। ਉਹਦੇ ਵਾਸਤੇ ਹੁਣ ਕੋਈ ਡੇਟ ਨਹੀਂ, ਉਹ ਬੰਦਾ ਕਦੋਂ ਵੀ ਭਰ ਸਕਦਾ। ਪਹਿਲਾਂ ਲਾਸਟ ਡੇਟ ਰੱਖੀ ਗਈ ਸੀ, ਫਿਰ ਦੁਬਾਰਾ ਉਹ ਵਧਾ ਦਿੱਤੀ ਗਈ, ਹੁਣ ਇਹ ਖੁੱਲ੍ਹਾ ਕੰਮ ਹੈ, ਕਦੋਂ ਮਰਜ਼ੀ ਵੀ ਭਰ ਦਿਓ ਤੁਸੀਂ, ਕੋਈ ਚੱਕਰ ਵਾਲੀ ਗੱਲ ਨਹੀਂ, ਕਦੋਂ ਵੀ ਭਰ ਸਕਦੇ ਹੋ ਤੁਸੀਂ। ਤਾਂ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ? ਪਹਿਲੀ ਗੱਲ ਤਾਂ ਕਿ ਸਾਰਿਆਂ ਦੇ ਖਾਤਿਆਂ 'ਚ ਪੈਸੇ ਆਉਣਗੇ, ਜਿਨ੍ਹਾਂ ਦੇ ਵੀ ਨਹੀਂ ਆਇਆ ਉਹ ਜ਼ਰੂਰ ਆਉਣਗੇ ਅਗਲੇ ਕੁਝ ਦਿਨਾਂ 'ਚ, ਆ ਸਕਦੇ ਨੇ 5-7 ਦਿਨਾਂ 'ਚ, 25-26 ਮਾਰਚ ਤੱਕ, ਕਿਉਂਕਿ ਇਹ ਸਭ ਦੇ ਆ ਰਹੇ ਨੇ, ਕੁਝ ਬੈਂਕਾਂ ਦੇ ਆ ਗਏ, ਦੂਜਿਆਂ ਦੇ ਆਉਣਗੇ। ਤਾਂ ਇੱਕ ਵਾਰ ਫਿਰ ਦੱਸ ਦਈਏ ਵੀ ਇਹਦੀ ਕੋਈ ਲਾਸਟ ਡੇਟ ਨਹੀਂ, ਇਹ ਤੁਸੀਂ ਕਦੋਂ ਵੀ ਭਰ ਸਕਦੇ ਹੋ। ਜਿਹਨੇ ਨਹੀਂ ਫਾਰਮ ਭਰੇ ਸੀ, ਕੋਈ ਰਹਿ ਗਿਆ ਸੀ, ਉਹ ਹੁਣ ਭਰ ਸਕਦੇ ਹੋ ਤੁਸੀਂ ਜਾ ਕੇ, ਕੋਈ ਇਹਦੀ ਲਾਸਟ ਡੇਟ ਨਹੀਂ ਰਹੀ, ਇਹਦੀ ਲਾਸਟ ਡੇਟ ਹੁਣ ਕੋਈ ਨਹੀਂ। ਤਾਂ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ, ਜਾਣਕਾਰੀ ਕਿਵੇਂ ਲੱਗੀ ਤਾਂ ਲਾਈਕ ਕਰ ਸਕਦੇ ਹੋ ਤੁਸੀਂ ਇਸ ਵੀਡੀਓ ਨੂੰ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰੋ। 315-20 ਵੀਡੀਓ ਇਸ ਤੋਂ ਪਹਿਲਾਂ ਵੀ ਚੈਨਲ 'ਤੇ ਨੇ, ਬਹੁਤ ਕੰਮ ਦੀਆਂ, ਪਲੇਲਿਸਟ ਜਾ ਕੇ ਤੁਸੀਂ ਕੈਟਾਗਰੀ ਦੇ ਹਿਸਾਬ ਨਾਲ ਦੇਖ ਸਕਦੇ ਹੋ। ਜੇ ਤੁਹਾਨੂੰ ਵੀ ਇਸ ਚੀਜ਼ ਬਾਰੇ ਕੋਈ ਜਾਣਕਾਰੀ ਹੈ, PM ਕਿਸਾਨ ਨਿਧੀ ਯੋਜਨਾ ਬਾਰੇ, ਮੋਦੀ ਵਾਲੇ 2000 ਬਾਰੇ, ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸਾਨੂੰ, ਅਸੀਂ ਤੁਹਾਨੂੰ ਰਿਪਲਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਵੀਡੀਓ ਪੂਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ।